ਸਤਿ ਸ਼੍ਰੀ ਅਕਾਲ ਜੀ ਕਿਦਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟੱਚ ਡਾਊਨ ਪੰਜਾਬ ਦੇ ਨਵੇਂ ਐਪੀਸੋਡ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਟੱਚ ਡਾਊਨ ਪੰਜਾਬ ਦੇ ਨਵੇਂ ਐਪੀਸੋਡ ਦੇ ਵਿੱਚ ਐਕਚੁਅਲੀ ਮੈਂ ਥੋੜ੍ਹੇ ਦਿਨ ਪਹਿਲਾਂ UK ਜਾ ਕੇ ਆਇਆ ਅਤੇ ਮੈਂ UK ਦੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਕਿ ਲਾਈਕ ਜਿੱਦਾਂ ਉੱਥੇ ਲੋਕ ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਅਨਬਿਲੀਵੇਬਲ ਅਤੇ ਜਿਹੜੀ ਚੀਜ਼ ਤੋਂ ਮੈਂ ਸਭ ਤੋਂ ਜ਼ਿਆਦਾ ਇੰਪ੍ਰੈਸ ਹੋਇਆ ਉਹ ਹੈਗੀ ਉੱਥੇ ਦੀ ਪੰਜਾਬੀ ਜਿੱਦਾਂ ਉਹ ਬੋਲਦੇ ਆ ਨਾ ਪੰਜਾਬੀ ਕਿੱਦਾਂ ਆਈ ਰੀਅਲੀ ਲਾਈਕਡ ਇਟ ਸੋ ਮੈਂ ਵੀ ਟਰਾਈ ਕਰਦਾ ਹੁੰਦਾ ਕਿਤੇ ਥੋੜ੍ਹਾ ਜਿਹਾ ਐਕਸੈਂਟ ਬਣ ਜਾਵੇ ਮੇਰਾ ਉੱਦਾਂ ਦਾ ਸੋ ਅੱਜ ਤਾਂ ਐਕਸੈਂਟ ਬਣਾਉਣ ਦਾ ਇੱਕ ਹੋਰ ਕਾਰਨ ਆ ਮੇਰੇ ਕੋਲ ਅੱਜ ਮੈਂ ਆਪਣੇ UK ਵਾਲੇ ਫਰੈਂਡਾਂ ਨੂੰ ਮਿਲਣ ਚੱਲਿਆ ਹਾਂ ਅਤੇ ਤੁਹਾਨੂੰ ਵੀ ਮਿਲਾਉਣ ਚੱਲਿਆ ਐਨੀ ਗੈਸਿਸ ਚਲੋ ਕੋਈ ਨਾ ਕਿੱਦਾਂ ਆਪਾਂ ਜਾ ਕੇ ਹੀ ਸਾਰਾ ਕੁਛ ਪੁੱਛ ਲੈਣਾ ਆ ਤਾਂ ਤੁਹਾਨੂੰ ਦੱਸ ਦੇਣਾ ਆ ਆਓ ਜੀ ਲਓ ਜੀ ਹੁਣ ਮੈਂ ਪਹੁੰਚ ਗਿਆ ਆਪਣੇ ਫਰੈਂਡ ਤਾਰਾ ਸਿੰਘ ਦੇ ਘਰ ਹਾਂਜੀ ਇਹ ਤਾਰਾ ਲੰਡਨੋਂ ਆਇਆ ਅਤੇ ਇਹਨੇ ਮੈਨੂੰ ਲੰਡਨੋਂ ਹੀ ਚਿੱਠੀ ਲਿਖ ਦਿੱਤੀ ਸੀਗੀ ਕਿ ਮੈਂ ਪਿੰਡ ਦਾ ਹਾਲ ਚਾਲ ਪੁੱਛਣਾ ਆ ਮੈਂ ਕਿਹਾ ਫਿਰ ਤੇਰੇ ਕੋਲ ਆ ਕੇ ਤੁਹਾਡੇ ਘਰ ਆ ਕੇ ਤੁਹਾਨੂੰ ਹਾਲ ਚਾਲ ਦੱਸ ਦਿਆਂ ਨਾਲੇ ਆਪਣੇ ਵਿਊਵਰਸ ਨੂੰ ਵੀ ਆਪਣੇ ਫਰੈਂਡ ਨਾਲ ਮਿਲਾ ਦਿੰਦੇ ਹਾਂ ਆ ਜਾਓ ਫਿਰ ਮਿਲਾਵਾਂ ਤੁਹਾਨੂੰ ਆਪਣੇ ਫਰੈਂਡ ਨਾਲ ਲਓ ਜੀ ਮੇਰੇ ਦੋਸਤ ਜਿਨ੍ਹਾਂ ਦਾ ਨਾਂ ਤੁਹਾਨੂੰ ਮੈਂ ਦੱਸਿਆ ਤਾਰਾ ਸਿੰਘ ਆਹ ਮੈਨੂੰ ਮਿਲ ਚੁੱਕੇ ਨੇ ਆ ਜਾਓ ਦਿਖਾਵਾਂ ਫਿਰ ਕੌਣ ਨੇ ਭਾਅ ਜੀ ਸਤਿ ਸ਼੍ਰੀ ਅਕਾਲ ਸ਼੍ਰੀ ਅਕਾਲ ਵੈਲਕਮ ਜੀ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਲਓ ਜੀ ਤਾਰਾ ਸਿੰਘ ਜੀ ਦਾ ਕਹਿਣ ਤੋਂ ਮੇਰਾ ਮਤਲਬ ਸੀਗਾ ਆਪਣੇ ਦਾ ਮਿਊਜ਼ਿਕ ਮੈਨ ਸੁਖਸ਼ਿੰਦਰ ਸ਼ਿੰਦਾ ਭਾਅ ਜੀ ਭਾਅ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਬ੍ਰਿਟ ਏਸ਼ੀਆ ਦੇ ਵਿਊਅਰਸ ਅਤੇ ਤਮਾਮ ਯੂਰਪ ਅਤੇ ਕਨੇਡਾ ਅਮਰੀਕਾ ਵਰਲਡ ਵਾਈਡ ਰਹੇ ਬ੍ਰਿਟ ਏਸ਼ੀਆ ਅੱਜ ਕੱਲ੍ਹ ਜੀ 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 ਗੁਰੂ ਮਹਾਰਾਜ ਦੀ ਕਿਰਪਾ ਸੋ ਸਾਰੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਵੱਲੋਂ ਥੈਂਕ ਯੂ ਭਾਅ ਜੀ ਬਹੁਤ ਵਾਰੀ ਕਿਹਾ ਭਾਅ ਜੀ ਤੁਸੀਂ ਫਿਰ ਪੰਜਾਬ ਕਦੋਂ ਆਏ ਅਤੇ ਮੈਨੂੰ ਹੋ ਗਏ ਕੋਈ 10-15 ਦਿਨ ਦਸ ਪੰਦਰਾਂ ਦਿਨ ਜੀ ਕਿੱਦਾਂ ਠੀਕ ਠਾਕ ਆ ਸਾਰਾ ਕੁਛ ਜਿੱਦਾਂ ਵਧੀਆ ਆ ਬਹੁਤ ਵਧੀਆ ਮੈਂ ਨਾ ਐਕਚੁਅਲੀ ਪਹਿਲਾਂ ਵੀ ਗੱਲ ਕਰ ਰਿਹਾ ਸੀ ਮੈਂ ਥੋੜ੍ਹੇ ਦਿਨ ਪਹਿਲਾਂ UK ਤੋਂ ਆਇਆ ਨਾ ਸੋ ਮੈਨੂੰ ਤੁਹਾਨੂੰ ਮਿਲੇ ਨਹੀਂ ਦੇਖ ਲਾ ਮੈਂ ਤੁਹਾਡੀ ਪਰਫੋਰਮੈਂਸ ਬ੍ਰਿਟ ਏਸ਼ੀਆ ਅਵਾਰਡਸ ਸਭ ਤੋਂ ਅਗਲੇ ਟੇਬਲ 'ਤੇ ਬੈਠ ਕੇ ਦੇਖੀ ਹੈ ਮੈਂ ਮੈਂ ਸੋਰੀ ਪਰ ਤੁਹਾਨੂੰ ਪਤਾ ਉੱਥੇ ਬਿਜ਼ੀ ਹੋਣ ਕਰਕੇ ਮਿਲ ਨਹੀਂ ਸਕੇ ਬਟ ਦੇਖ ਲਓ ਮਿਲਣ ਆ ਗਿਆ ਸਪੈਸ਼ਲ ਪੰਜਾਬ ਦੇ ਵਿੱਚ ਥੈਂਕ ਯੂ ਮਹਾਰਾਜ ਅਤੇ ਤੁਹਾਨੂੰ ਮਤਲਬ ਜਦੋਂ ਪੰਜਾਬ ਆਉਂਦੇ ਹੋ ਵੈਸੇ ਕੰਪੈਰੀਜ਼ਨ ਕਰਨਾ ਨਹੀਂ ਚਾਹੀਦਾ ਫਿਰ ਵੀ ਪੰਜਾਬ ਅਤੇ UK 'ਚੋਂ ਕਿੱਥੇ ਜ਼ਿਆਦਾ ਮਜ਼ਾ ਆਉਂਦਾ ਆ ਦੇਖੋ ਇਹ ਤਾਂ ਮੈਂ ਨਹੀਂ ਕਿਉਂਕਿ ਮੈਂ ਦੇਖੋ ਦੋਨਾਂ ਵਾਲਾ ਸਵਾਦ ਹੈ ਲੇਕਿਨ ਦੋਨਾਂ ਦਾ ਆਪਣਾ ਸਵਾਦ ਹੈ ਦੇਖੋ ਗੋਭੀ ਦਾ ਆਪਣਾ ਸਵਾਦ ਹੈ ਦਾਲ ਦਾ ਆਪਣਾ ਸਵਾਦ ਹੈ ਸੋ ਹਰੇਕ ਚੀਜ਼ ਦਾ ਆਪਣਾ ਸਵਾਦ ਆ ਅਸੀਂ ਜੰਪਲ ਇੰਗਲੈਂਡ ਦੇ ਹਾਂ ਲੇਕਿਨ ਯਾਰ ਮੈਂ ਉੱਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ ਯਾਰ ਮੈਂ ਉੱਥੋਂ ਦਾ ਕੀ ਬਾਤ ਹੈ ਸੋ ਦਿਲ ਦੀ ਆਵਾਜ਼ ਆ ਸਾਡੇ ਰੂਟਸ ਆ ਸਾਡਾ ਕਲਚਰ ਹੈ ਇਹਨੂੰ ਕਦੇ ਭੁੱਲ ਸਕਦੇ ਹਾਂ ਜੀ 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 ਸੋ ਆਈ ਵੁੱਡ ਰਿਕੁਐਸਟ ਆਲ ਦ ਯੰਗਸਟਰਸ ਡੋਨਟ ਐਵਰ ਫੋਰਗੇਟ ਯੂਰ ਰੂਟਸ ਰਿਸਪੈਕਟ ਯੂਰ ਮਦਰ ਐਂਡ ਫਾਦਰ ਇਹੀ ਚੀਜ਼ ਸਾਨੂੰ ਇਹੀ ਚੀਜ਼ ਦੇਸੋਂ ਮਿਲੀ ਸਹੀ ਗੱਲ ਹੈ ਭਾਅ ਜੀ ਆਓ ਭਾਅ ਜੀ ਬੈਠਦੇ ਹਾਂ ਬਹਿ ਕੇ ਕਰਦੇ ਗੱਲਬਾਤ ਆਓ ਜੀ ਖੈਰਾ ਸਾਹਿਬ ਭਾਅ ਜੀ ਜਿੱਦਾਂ ਅੱਜ ਤੁਹਾਡਾ ਇੱਥੇ ਹੁਣ ਵੀਡੀਓ ਸ਼ੂਟ ਚੱਲ ਰਿਹਾ ਜੀ ਹਾਂ ਸੋ ਥੋੜ੍ਹਾ ਜਿਹਾ ਦੱਸੋ ਕਿਹੜੇ ਸੌਂਗ ਦਾ ਸ਼ੂਟ ਚੱਲ ਰਿਹਾ ਇਹ ਜਿਹੜਾ ਖੈਰਾ ਸਾਹਿਬ ਐਲਬਮ ਜਿਹੜੇ ਆਈ ਸੀਗੀ ਕਲੈਬੋਰੇਸ਼ਨ 3 ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਾਰਾ ਪਿਆਰ ਮਿਲਿਆ ਆਲ ਓਵਰ ਦ ਵਰਲਡ ਅਤੇ ਬ੍ਰਿਟਿਸ਼ ਅਵਾਰਡਸ ਦੇ ਵਿੱਚ ਵੀ ਗੀਤ ਗਾਏ ਸੀਗੇ ਇਹਦੇ ਵਿੱਚੋਂ ਅਤੇ PTC ਅਵਾਰਡਸ 'ਚ ਵੀ ਗਾਏ ਸੀਗੇ ਗੀਤ ਬਹੁਤ ਸਮਾਨ ਸਤਿਕਾਰ ਮਿਲਿਆ ਇਸ ਐਲਬਮ ਨੂੰ ਅਤੇ ਉਹਦੇ ਵਿੱਚੋਂ ਗੀਤ ਸੀਗਾ ਪਿਆਰਾ ਦਿਲਦਾਰਾ ਕਿਉਂਕਿ ਇਹਦੇ 'ਚ ਮੈਂ 3 ਵੀਡੀਓ ਆਲਰੇਡੀ ਕਰ ਚੁੱਕਾਂ 4 ਸੋਰੀ ਮਾਫ਼ ਕਰਨਾ ਵੀ ਮਿੱਤਰਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਸਿੰਘ ਨਾਲ ਜੋੜੀ ਜਾਂਦੀ ਹੈ ਕਾਰ ਦੀ ਜਾਂ ਫਿਰ ਸੀਗਾ ਵੀ ਐਡੀ ਸੋਹਣੀ ਕੁੜੀ ਦੇ ਮੋਟੀ ਮੋਟੀ ਅੱਖ ਇੱਥੇ ਰੱਖ ਰੱਖ ਜਾਂ ਗੀਤ ਸੀਗਾ ਵੀ ਜਿਉਂਦੇ ਰਹਿਣ ਟਰੱਕਾਂ ਵਾਲੇ ਸਾਨੂੰ ਮਾਣ ਭਰਾਵਾਂ 'ਤੇ ਸਾਰੇ ਵਰਲਡ ਡੈਡੀਕੇਟਿਡ ਕੀਤਾ ਸੀਗਾ ਦਿੱਲੀ ਵਿੰਗ ਲੈਜੈਂਡ ਸੁਰਿੰਦਰ ਸ਼ਿੰਦਾ ਜੀ ਉਹਨਾਂ ਦਾ ਅੰਦਾਜ਼ ਕੀ ਹੈ ਮੈਂ ਤੁਹਾਨੂੰ ਦੱਸਦਾ ਫਸਟ ਟਾਈਮ ਐਵਰ ਸੁਰਿੰਦਰ ਸ਼ਿੰਦਾ ਐਂਡ ਸੁਖਸ਼ਿੰਦਰ ਸ਼ਿੰਦਾ ਔਨ ਦ ਸਕਰੀਨ ਸੋ ਬਾਬੇ ਦੇ ਐਸੀ ਆਵਾਜ਼ ਹੈ ਜਿੱਦਾਂ 5-6 ਬੰਦੇ ਬੋਲ ਦਿੰਦੇ ਨਾ ਫਿਰ ਸੁਰਿੰਦਰ ਸ਼ਿੰਦਾ ਬਣਦਾ ਹੈ ਖੈਰ ਬਹੁਤ ਸਾਰਾ ਪਿਆਰ ਉਹਨਾਂ ਨੇ ਦਿੱਤਾ ਅਤੇ ਲੈਜੈਂਡ ਬੰਦੇ ਨੇ ਜੀ ਜੀ ਸੋ ਉਹ ਗੀਤ ਮੋਹਨ ਬੰਸਿਆਂ ਵਾਲੇ ਦਾ ਲਿਖਿਆ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਜੋ ਅਸੀਂ ਸਟਾਈਲ ਲੈ ਕੇ ਆਏ ਸੀਗੇ ਨਾ ਦਿਲ ਦੀ ਗਲੀ ਦੇ ਵਿੱਚ ਆ ਕੇ ਐਂਟਰੀ ਮੇਰੀ ਅਸੀਂ ਗਾਇਕੀ ਜੋ ਉਸ ਗੀਤ ਦੇ ਨਾਲ ਹੋਈ ਸੀਗੀ ਅਤੇ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਉਸ ਗੀਤ ਨੂੰ ਉਸ ਅੰਦਾਜ਼ ਨੂੰ ਜਾਂ ਸਟਾਈਲ ਜੋ ਵੀ ਸੀਗਾ ਅਤੇ ਫਿਰ ਹਮੇਸ਼ਾ ਕਰਦੇ ਹੁੰਦੇ ਵੀ ਉਸ ਸਟਾਈਲ ਦਾ ਗੀਤ ਹੋਰ ਇਹਦੇ ਵਿੱਚ ਸੀਗਾ ਨਹੀਂ ਤੂੰ ਲੱਖਾਂ ਵਿੱਚ ਸਾਨੂੰ ਲੱਗਦੀਆਂ ਪਰ ਦਿਲ ਵਾਲੀ ਗੱਲ ਨਾਲ ਸਾਨੂੰ ਦੱਸਦੀਆਂ ਸੋ ਇਹ 5ਵਾਂ ਗੀਤ ਕੰਪਨੀ ਦੀ ਦੇਖੋ ਕੰਪਨੀ ਦੀ ਡਿਮਾਂਡ 'ਤੇ ਆ ਇਹ
ਮੇਰੇ ਤੁਹਾਨੂੰ ਪਤਾ ਅੱਜ ਕੱਲ ਕੰਪਨੀ ਤੱਕ ਰਿਮਾਂਡ ਕਰਦੇ ਨਹੀਂ ਸਹੀ ਗੱਲ ਹੈ ਤੇ ਇਹ ਸ਼ਬੀਰ ਸਾਹਿਬ ਸਾਡੇ ਵੱਡੇ ਵੀਰ ਤੇ ਕੈਮਰਨ ਸਾਹਿਬ ਇਹ ਮੇਰਾ ਵਹੇ ਇਹ ਜਿਹੜਾ ਗੀਤ ਜੋ ਸ਼ੂਟ ਕਰ ਰਿਹਾ ਤੁਹਾਨੂੰ ਦੱਸਾਂ ਇਟਸ ਵਨ ਆਫ ਮਾਈ ਫੇਵਰਿਟਸ ਔਨ ਦਿਸ ਐਲਬਮ ਇਹ ਓਪਨਿੰਗ ਟਰੈਕ ਵੀ ਤਾਂ ਹੀ ਰੱਖਿਆ ਸੀਗਾ ਤੇ ਦ ਵਨ ਐਂਡ ਓਨਲੀ ਸ਼ਾਜ਼ੀਆ ਮਨਜ਼ੂਰ ਜੀ ਮੇਰੀ ਫੇਵਰਿਟ ਫੀਮੇਲ ਵੋਕਲਿਸਟ ਆਵਾਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਇੱਦਾਂ ਆਵਾਜ਼ ਦਾ ਕੋਈ ਫਲੂਟ ਵੱਜ ਰਿਹਾ ਕੋਈ ਸਾਜ਼ ਵੱਜ ਰਿਹਾ ਕੋਈ ਇੰਸਟਰੂਮੈਂਟਸ ਦੀ ਲੋੜ ਨਹੀਂ ਇਹੋ ਜਿਹੀ ਆਵਾਜ਼ ਹੈ ਸਹੀ ਗੱਲ ਹੈ ਸੋ ਇਹ ਉਹਨਾਂ ਦੇ ਨਾਲ ਗੀਤ ਹੈ ਯਾਰਾ ਦਿਲਦਾਰਾ ਅੱਖੀਆਂ ਦੇ ਤਾਰਾ ਤੇ ਮੈਂ ਐਕਚੁਅਲੀ ਨਾ ਪਹਿਲਾਂ ਦੱਸ ਕੇ ਆਇਆ ਸੀ ਮੈਂ ਕਿਹਾ ਮੈਂ ਆਪਣੇ ਫਰੈਂਡ ਦੇ ਘਰ ਚੱਲਾ ਹਾਂ ਸੋ ਹੁਣ ਤਾਂ ਸਾਰਾ ਕੁਝ ਤੁਸੀਂ ਸੁਣ ਹੀ ਲਿਆ ਐਕਚੁਅਲੀ ਸੁਖਸ਼ਿੰਦਰ ਸ਼ਿੰਦਾ ਭਾਅ ਜੀ ਦਾ ਇੱਥੇ ਸ਼ੂਟ ਚੱਲ ਰਿਹਾ ਸੌਂਗ ਦਾ ਤੇ ਜਿਹੜਾ ਹੁਣ ਇਹਨਾਂ ਨੇ ਕਿਹਾ ਯਾਰਾ ਉਹ ਦਿਲਦਾਰਾ ਸੁਣਨਾ ਨਾ ਉਹ ਕਹਿੰਦੇ ਸੁਣਨਾ ਜ਼ਰੂਰ ਥੋੜ੍ਹੀ ਮਜ਼ਾ ਖੈਰਾ ਸਾਹਿਬ ਕੋਈ ਗੱਲ ਨਹੀਂ ਟੁੱਟੀ ਹੱਥ ਨੂੰ ਦਿਖਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਵੈਸੇ ਤੁਹਾਡੀ ਗੱਲ ਸੁਣਾਂਗੇ ਤੁਸੀਂ ਮੈਨੂੰ ਬਹੁਤ ਖੁਸ਼ੀ ਹੈ ਤੁਹਾਡਾ ਹੱਥ ਠੀਕ ਹੋ ਗਿਆ ਹੁਣ ਕਾਫੀ ਠੀਕ ਹੋ ਗਿਆ ਜੀ ਗੁਰੂ ਮਹਾਰਾਜ ਬਖਸ਼ਿਸ਼ ਕਰੇ ਸਭ ਨੂੰ ਤੰਦਰੁਸਤੀ ਬਖਸ਼ਿਸ਼ ਉਹ ਦੋ ਬੋਲ ਤੁਹਾਨੂੰ ਸੁਣਾਉਂਦੇ ਹਾਂ ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ ਤੇਰੇ ਬਿਨਾ ਜੀਣਾ ਨਹੀਂ ਉਹ ਜੀਣਾ ਨਾ ਦੁਬਾਰਾ ਯਾਰਾ ਦਿਲਦਾਰਾ ਸਾਹਾਂ ਤੋਂ ਪਿਆਰਾ ਤੂੰ ਹੀ ਮੇਰੀ ਜਾਨ ਤੂੰ ਹੀ ਅੱਖੀਆਂ ਦਾ ਤਾਰਾ ਯਾਰਾ ਦਿਲਦਾਰਾ ਰੋਮਾਂਟਿਕ ਜਿਹਾ ਗੀਤ ਆ ਤੇ ਮਾਹੌਲ ਵੀ ਬੜਾ ਰੋਮਾਂਟਿਕ ਵੈਸੇ ਬਣ ਰਿਹਾ ਇੱਥੇ ਮਾਹੌਲ ਤਾਂ ਬੜਾ ਵਧੀਆ ਚੁਣਿਆ ਤੇ ਰੋਮਾਂਟਿਕ ਵੈਸੇ ਮੈਂ ਦੇਖਿਆ ਅਕਸਰ ਗਾਣੇ 'ਚ ਰੋਮਾਂਟਿਕ ਤਾਂ ਬਹੁਤ ਹੁੰਦੇ ਹੋ ਤੁਸੀਂ ਕਿਹਾ ਮੇਰਾ ਫੇਵਰਿਟ ਸੌਂਗ ਆ ਤੇ ਹੈਗਾ ਹੈ ਵੀ ਰੋਮਾਂਟਿਕ ਯਾਦ ਕੀ ਆਪਣਾ ਸਮੀਰ ਜਿਹੜਾ ਭਾਰਤ ਬਾਜੀ ਉਹ ਵੀਡੀਓ ਕਰ ਰਿਹਾ ਤੇ ਦੋ ਗੀਤਾਂ ਦੇ ਜਿਹੜਾ ਸਿੰਗਲ ਨਾਲ ਜੋੜੀ ਉਹ ਵੀ ਉਹਨਾਂ ਨੇ ਕੀਤਾ ਸੀਗਾ ਤੇ ਇੱਥੇ ਰੱਖ ਉਹ ਵੀ ਸਮੀਰ ਜੀ ਨੇ ਕੀਤਾ ਸੀਗਾ ਸੋ ਇਹ ਗੀਤ ਵੀ ਉਹ ਸ਼ੂਟ ਕਰ ਰਿਹਾ ਤੇ ਉਹ ਮੈਨੂੰ ਕਹਿੰਦਾ ਵੀ ਸਾਰਾ ਰੋਮਾਂਸ ਤੇਰੇ ਵਿੱਚ ਜਿਹੜਾ ਹੈਗਾ ਉਹ ਸਾਰਾ ਕੱਟਣਾ ਅੱਜ ਮੈਂ ਕਿਹਾ ਚਲੋ ਇਹ ਦੇਖੋ ਫੈਮਿਲੀ ਟੀਮ ਹੁੰਦਾ ਕੋਈ ਐਸਾ ਗੱਲ ਨਹੀਂ ਕੋਈ ਥੈਂਕਸ ਟੂ ਦਾ ਡਾਇਰੈਕਟਰ ਹੈ ਨਾ ਡਾਇਰੈਕਟਰ ਸਾਰੇ ਲਾਈਟਿੰਗ ਮੈਨ ਸਾਰੇ ਜਿਹੜੇ ਚਾਹ ਪਾਣੀ ਦੇ ਲੰਗਰ ਪਾਣੀ ਦੇ ਸੇਵਾ ਕਰੇ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਟੀਮ ਹੁੰਦਾ ਬਿਲਕੁਲ ਬਿਲਕੁਲ ਭਾਅ ਜੀ ਯਾਰਾ ਉਹ ਦਿਲਦਾਰਾ ਇਹ ਸੌਂਗ ਦੇ ਲਿਰਿਕਸ ਬੜੇ ਪਿਆਰੇ ਇਹ ਕਿਤੇ ਲਿਖੇ ਹੋਏ ਇਹ ਜਿੱਤ ਸਲਾਲਾ ਅੱਛਾ ਇਹ ਯੂਕੇ 'ਚ ਰਹਿੰਦੇ ਆ ਓਕੇ ਬਹੁਤ ਅੱਛੇ ਰਾਈਟਰ ਨੇ ਮੇਰੇ ਵੀਰ ਸੋ ਉਹਨਾਂ ਨੇ ਬਹੁਤ ਖੂਬਸੂਰਤ ਦੇ ਅੰਤਰੇ ਵੀ ਹੈ ਨਾ ਬੜਾ ਅੱਛੇ ਅੱਛੇ ਲਫ਼ਜ਼ ਨਾਲ ਪਰੋਇਆ ਗਿਆ ਗੀਤ ਨੂੰ ਅਤੇ ਸ਼ਾਜ਼ੀਆ ਮਨਜ਼ੂਰ ਨੇ ਜਦੋਂ ਇਹ ਗੀਤ ਬਣਾਇਆ ਸੀਗਾ ਮੈਮ ਅਤੇ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਉਹਨਾਂ ਨੇ 10 ਮਿੰਟ ਨਹੀਂ ਲਾਏ ਗਾਣ ਨੂੰ ਅੱਛਾ ਮੈਂ ਹਾਰਮੋਨੀਅਮ 'ਤੇ ਦੱਸ ਰਿਹਾ ਉਹਨਾਂ ਨੇ ਕੰਪੋਜੀਸ਼ਨ ਉਹ ਕਹਿੰਦੀ ਚਲੋ ਮਾਈਕ ਔਨ ਕਰੋ ਅਤੇ ਮਹਾਰਾਜ 10 ਮਿੰਟਾਂ 'ਚ ਵਗਾ ਕੇ ਮਾਰ ਐਸੀ ਆਵਾਜ਼ ਆ ਹਾਂ ਸੋ ਇਹ ਜਿੱਤ ਨੇ ਉਹ ਵੀ ਬਹੁਤ ਦਾਤ ਦਿੱਤੀ ਕਹਿੰਦੇ ਬਹੁਤ ਅੱਛਾ ਲਿਖਿਆ ਸੋ ਜਿੱਤ ਸਲਾਲਾ ਜੀ ਸਾਡੇ ਵੀਰ ਨੇ ਬਹੁਤ ਅੱਛਾ ਲਿਖਿਆ ਬਾਕੀ ਤਾਂ ਹੋਰ ਕੁਛ ਆਪਾਂ ਨੂੰ ਪੁੱਛਣ ਦੀ ਲੋੜ ਹੀ ਨਹੀਂ ਕਿ ਮਿਊਜ਼ਿਕ ਕਿਹਨੇ ਕੀਤਾ ਜਾਂ ਗਾ ਕੌਣ ਰਿਹਾ ਜਾਂ ਐਕਟ ਕੌਣ ਕਰ ਰਿਹਾ ਵਨ ਮੈਨ ਆਪ ਹੀ ਸੁਖਸ਼ਿੰਦਰ ਸ਼ਿੰਦਾ ਜੀ ਸਾਡੇ ਸਾਹਮਣੇ ਬੈਠੇ ਭਾਅ ਜੀ ਇੱਕ ਚੀਜ਼ ਮੈਨੂੰ ਦੱਸੋ ਜਿੱਦਾਂ ਸ਼ੁਰੂ ਤੁਸੀਂ ਵੀ ਕੀਤਾ ਸੀ ਇੰਸਟਰੂਮੈਂਟਸ ਤੋਂ ਹੈ ਨਾ ਮਿਊਜ਼ੀਸ਼ੀਅਨ ਐਜ਼ ਅ ਮਿਊਜ਼ੀਸ਼ੀਅਨ ਸਟਾਰਟ ਕੀਤਾ ਸੀ ਤੁਸੀਂ ਢੋਲ ਵੀ ਵਜਾਇਆ ਤਬਲਾ ਵੀ ਵਜਾਇਆ ਹੈ ਨਾ ਬਾਕੀ ਵੀ ਕਈ ਸਾਰੇ ਸਾਜ਼ ਹਾਰਮੋਨੀਅਮ ਕੀਬੋਰਡ ਬਹੁਤ ਸਾਰੇ ਵਜਾ ਲਓ ਵਜਾ ਲੈਂਦੇ ਹੋ ਫਿਰ ਐਜ਼ ਅ ਮਿਊਜ਼ਿਕ ਡਾਇਰੈਕਟਰ ਜੀ ਦੈਨ ਸਿੰਗਰ ਹੁਣ ਸੌਂਗਸ ਦੇ ਵਿੱਚ ਵੀ ਐਕਟ ਕਰ ਰਹੇ ਹੋ ਸੋ ਹੁਣ ਕੀ ਅਸੀਂ ਸੁਖਸ਼ਿੰਦਰ ਸ਼ਿੰਦਾ ਜੀ ਨੂੰ ਕੋਈ ਪੰਜਾਬੀ ਫਿਲਮ ਦੇ ਵਿੱਚ ਵੀ ਦੇਖ ਰਹੇ ਹਾਂ ਲੀਡ ਕਰਦੇ ਹੋਏ ਨਹੀਂ ਕਈ ਫਿਰ ਲੋਕਾਂ ਨੇ ਕਿਹਾ ਅਤੇ ਵੇ ਪੁੱਛਿਆ ਵੀ ਕਈਆਂ ਨੇ ਪਰ ਗੱਲ ਕੀ ਹੈ ਵੀਰ ਮੈਂ ਕਹਿੰਦਾ ਵੀ ਇਹਦੇ ਨਾਲ ਉਹ ਗੀਤ ਬਣਾਓ ਜਿਹੜਾ ਜ਼ਿਆਦਾ ਲੋਕ ਯਾਦ ਕਰਨਗੇ ਜਿਵੇਂ ਕਿ ਮੇਰੇ ਕੁਝ ਗੀਤ ਹੈਗੇ ਮਲਕ ਦੀ ਕਿਰਪਾ ਨਾ ਵੀ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਦੇਖ ਵਿਆਹ ਸ਼ਾਦੀਆਂ ਦੇ ਆ ਗਏ ਆ ਜੀ ਕਹਿੰਦੇ ਨਾ ਮੇਲ ਨਾਨਕਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕੀ ਪੁੱਤ ਸਰਦਾਰ ਦੇ ਮੈਂ ਚਿੱਠੀ ਲੰਡਨ ਨੂੰ ਲਿਖਦਾ ਤਾਰਾ ਹੋਇਆ ਕੀ ਜੇ ਮੁੱਛ ਸਾਡੀ ਖੜੀ ਰਹਿੰਦੀ ਹੈ ਲੋਕੀ ਸਾਨੂੰ ਗੱਭਰੂ ਖਰਾਬ ਕਹਿੰਦੇ ਨੇ ਇੱਥੋਂ ਤੱਕ ਕਿੱਦਾਂ ਬਦਨਾਮ ਲੋਕਾਂ ਨੇ ਪੀਂਦਾ ਮੈਂ ਪਾਣੀ ਅਤੇ ਸ਼ਰਾਬ ਕਹਿੰਦੇ ਨੇ ਹਾਂਜੀ ਸੋ ਮੈਂ ਕਹਿੰਦਾ ਇਹਦੇ 'ਤੇ ਮੈਂ ਕੋਈ ਗੀਤ ਅੱਛਾ ਹੋਏ ਬਸ ਜ਼ਿਆਦਾ ਟਾਈਮ ਕਰ ਦੇਗਾ ਫਿਲਮ ਦਾ ਮੈਨੂੰ ਲੱਗਦਾ ਨਹੀਂ ਖੈਰ ਪਤਾ ਨਹੀਂ ਹੁੰਦਾ ਅਗਲੇ ਟਾਈਮ ਦੇਖੋ ਕਿ ਗੁਰੂ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਗਾਵਾਂਗੇ ਸਟੇਜਾਂ 'ਤੇ ਕਦੇ ਵਰਲਡ ਘੁੰਮਾਂਗੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੈਂ ਜਿਹੜੇ ਐਜ਼ ਅ ਮਿਊਜ਼ੀਸ਼ੀਅਨ ਗਿਆ ਕਿਸੇ ਵੀ ਸਿੰਗਰ ਦੇ ਨਾਲ ਉਸ ਤੋਂ ਬਾਅਦ ਮੈਂ ਆਪਣੇ ਗਰੁੱਪ ਲੈ ਕੇ ਵੀ ਕਿ ਉਸ ਕੰਟਰੀਆਂ 'ਚ ਗਿਆ ਮੇਰੇ ਮਾਲਕ ਦੀ ਬਖਸ਼ਿਸ਼ ਹੈ ਅਤੇ ਪਿਆਰ ਦਿੱਤਾ ਲੋਕਾਂ ਨੇ ਉਹਨਾਂ ਦੇ ਪਿਆਰ ਸਦਕੇ ਆਪਾਂ ਘੁੰਮ ਰਹੇ ਹਾਂ ਨਹੀਂ ਤਾਂ ਕੌਣ ਕਿਸੇ ਨੂੰ ਹੈ ਨਾ ਉੱਦਾਂ ਕਿੱਦਾਂ ਜਾ ਸਕਦਾ ਬੰਦਾ ਇਹ ਇਹੀ ਗੱਲ ਭਾਅ ਜੀ ਮੈਂ ਇੱਕ ਹੋਰ ਨੋਟਿਸ ਕੀਤੀ ਆ ਤੁਹਾਡੇ ਕੰਮ ਦੇ ਵਿੱਚ ਕਿ ਹੁਣ UK ਦਾ ਜਿਹੜਾ ਮਿਊਜ਼ਿਕ ਹੈ ਮਿਊਜ਼ਿਕ ਕਲਚਰ ਆ ਪੰਜਾਬ ਦਾ ਕਾਫੀ ਡਿਫਰੈਂਸ ਹੈਗਾ ਆ ਇਹਦੇ ਵਿੱਚ ਹੈ ਨਾ ਜੋ ਪੰਜਾਬ ਦੇ ਵਿੱਚ ਮਿਊਜ਼ਿਕ ਚੱਲਦਾ ਔਰ ਜੋ UK ਚੱਲਦਾ ਬਟ ਤੁਹਾਡਾ ਸ਼ੁਰੂ ਤੋਂ ਹੀ ਇੱਦਾਂ ਦਾ ਰਿਹਾ ਆ ਮਿਊਜ਼ਿਕ ਕਹਿ ਲਓ ਜਾਂ ਤੁਸੀਂ ਜਿਹੜੇ ਸੌਂਗਸ ਵੀ ਗਾਏ ਆ ਕਿ ਉਹ ਦੋਨਾਂ ਸਾਈਡਸ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਸੋ ਇਹ ਕਿੱਦਾਂ ਤੁਸੀਂ ਸਿਲੈਕਟ ਕੀਤਾ ਇਸ ਚੀਜ਼ ਨੂੰ ਕਿ ਦੋਨੋਂ ਜਗ੍ਹਾ ਤੇ ਬਾਕੀ ਇਹਦੇ 'ਚ ਕੋਈ ਨਹੀਂ ਵੀ ਮੈਂ ਕੋਈ ਜਾਦੂ ਕੀਤਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਵੀਰ ਜਿਹੜਾ ਸਹੀ ਦਿਨ ਦੱਸਾਂ ਅਸੀਂ ਤਾਂ ਸਾਨੂੰ ਜੋ ਦਿਲ ਨੂੰ ਠੀਕ ਲੱਗ ਰਿਹਾ ਉਹ ਕੀਤਾ ਫੋਕ ਸਾਜਾਂ ਨਾਲ ਸਾਨੂੰ ਪਿਆਰ ਸੀਗਾ ਫੋਕ ਗਾਇਕੀ ਦੇ ਨਾਲ ਮੇਰਾ ਭਾਈ ਸਾਹਿਬ
ਸਵਰਗੀ ਮੋਹਨ ਸਿੰਘ ਨੇ ਮਾਣਾ ਜੀ ਉਹ ਗਾਉਂਦੇ ਹੁੰਦੇ ਸੀਗੇ ਪਹਿਲਾਂ ਤੇ ਅਸੀਂ ਨਿੱਕੇ ਜਿਹੇ ਸੀਗੇ ਜਦੋਂ ਉਹਨਾਂ ਦੇ ਨਾਲ ਜਾਂਦੇ ਸੀਗੇ ਕਈ ਵਾਰੀ ਤਬਲਾ ਵਜਾਦਾ ਨਾ ਕਈ ਵਾਰੀ ਉਦੇ ਪਤਾ ਨਹੀਂ ਹੁੰਦਾ ਸੀਗਾ ਉਹਨਾਂ ਨਾਲ ਤੇ ਹੁਣ ਪਤਾ ਲੱਗਦਾ ਵੀ ਕਿਉਂ ਲੈ ਕੇ ਜਾਂਦੇ ਸੀਗੇ ਵੀ ਇਹਨੂੰ ਲਗਨ ਲੱਗ ਜਾਵੇ ਮਤਲਬ ਉਦੋਂ ਤੁਹਾਡਾ ਆਪਣਾ ਇੰਟਰਸਟ ਨਹੀਂ ਸੀ ਬਸ ਉਹਨਾਂ ਨਾਲ ਜਾਂਦੇ ਥੋੜਾ ਬੜਾ ਸੀਗਾ ਬੱਚਿਆਂ ਨੂੰ ਹੁੰਦਾ ਵੀ ਖੇਡਣ ਦਾ ਜੇ ਤੁਹਾਨੂੰ ਪਤਾ ਤੇ ਮੈਂ ਆਪਣੇ ਬੱਚੇ ਵੀ ਲੈ ਕੇ ਜਾਂਦਾ ਉਹਨਾਂ ਨੂੰ ਹਾਂਜੀ ਲੇਕਿਨ ਹੁਣ ਡਿਸਟਰੈਕਸ਼ਨਸ ਕਾਫੀ ਆ ਗਏ ਨਾ ਫੋਨ ਆ ਗਿਆ ਗੇਮਾਂ ਆ ਗਈਆਂ ਉਸ ਟਾਈਮ 'ਚ ਨਹੀਂ ਸੀਗੀਆਂ ਉਸ ਟਾਈਮ ਇੱਕੋ ਪਾਸੇ ਕਨਸੈਂਟ੍ਰੇਟ ਕਰੀ ਹਾਂ ਕਿਉਂਕਿ ਚੀਜ਼ ਮਿਹਨਤ ਬਹੁਤ ਮੰਗਦੀ ਹੈ ਨਾ ਗਾਣਾ ਵਜਾਣਾ ਸੋ ਸਤਿਗੁਰੂ ਦੀ ਬਹੁਤ ਕਿਰਪਾ ਮੈਂ ਤੁਹਾਨੂੰ ਕੀ ਦੱਸਾਂ ਖੈਰਾ ਸਾਹਿਬ ਵੀ ਐਜ਼ ਅ ਮਿਊਜ਼ੀਸ਼ੀਅਨ ਵੀ ਬਹੁਤ ਮਾਨ ਸਤਿਕਾਰ ਮਿਲਿਆ ਜੀ ਐਜ਼ ਅ ਮਿਊਜ਼ਿਕ ਡਾਇਰੈਕਟਰ ਵੀ ਤੇ ਐਜ਼ ਅ ਸਿੰਗਰ ਜੋ ਮਿਲਿਆ ਮੈਂ ਕੋਈ ਲਵਜ਼ ਹੀ ਹੈ ਨਹੀਂ ਮਤਲਬ ਧੰਨਵਾਦ ਕਰਦਾ ਨਹੀਂ ਤੇ ਬੰਦੇ ਦੇ ਇੱਕ ਹੁੰਦਾ ਨਾ ਵੀ ਜੇ ਮਿਊਜ਼ੀਸ਼ੀਅਨ ਹੈ ਸਾਰੀ ਉਮਰ ਦੇ ਸਾਜ ਵੀ ਆਉਂਦਾ ਰਹਿੰਦਾ ਹਾਂਜੀ ਕੋਈ ਮਿਊਜ਼ਿਕ ਹੈ ਸਾਰੀ ਉਮਰ ਤੇ ਤੇ ਗੁਰੂ ਮਹਾਰਾਜ ਨੇ ਸਾਨੂੰ ਸਾਰੇ ਰੰਗ ਦਿਖਾ ਦੇ ਅੱਗੇ ਪਤਾ ਨਹੀਂ ਕੀ ਇਹ ਗੁਰੂ ਮਹਾਰਾਜ ਨੇ ਬਖਸ਼ੀ ਤੇ ਮੈਂ ਕਿਹਾ ਫਿਲਮ ਹੀ ਰਹਿ ਗਈ ਆ ਹੁਣ ਮੈਂ ਤਾਂ ਹੀ ਪੁੱਛਿਆ ਮੈਂ ਕਿਹਾ ਜੋ ਫਿਲਮ ਦੇ ਐਕਟਿੰਗ ਦਾ ਹੁੰਦਾ ਨਾ ਉਹ ਪੋਸਾ ਸੀ ਗੀਤਾਂ 'ਚ ਵਿੱਚ ਕੱਟ ਲਈਦਾ ਇਹ ਵੀ ਐਕਟਿੰਗ ਆ ਨਹੀਂ ਬਿਲਕੁਲ ਹੈ ਬਟ ਤੇ ਸਾਡਾ ਭਾਈ ਸਾਹਿਬ ਜੋ ਨਾ ਬਹੁਤ ਗ੍ਰੇਟ ਬੰਦੇ ਸੀ ਅਸੀਂ ਬਹੁਤ ਮਿਸ ਕਰਦੇ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਵੀ ਸਾਰੇ ਆਪਣੇ ਐਕਟਰ ਆ ਤੇ ਉਹਨਾਂ ਦੇ ਦੋਸਤ ਮੈਂ ਨਿੱਕਾ ਜਿਹਾ ਸੀ ਮੈਨੂੰ ਯਾਦ ਉਹ ਕਹਿੰਦਾ ਵੀ ਕਿਵੇਂ ਉਹ ਕਹਿੰਦਾ ਵੀ ਸਾਰੇ ਐਕਟਿੰਗ ਕਰਦੇ ਹੋਰ ਕੀ ਆ ਕਿਸੇ ਨੂੰ ਲੰਮਾ ਪਾਰਟ ਮਿਲ ਗਿਆ ਕਿਸੇ ਨੂੰ ਛੋਟਾ ਆਪਣਾ ਕਰ ਕਰਕੇ ਨਿਕਲ ਹੀ ਜਾਂਦੇ ਆ ਸਹੀ ਗੱਲ ਹੈ ਜੇ ਆਪਾਂ ਦੇਖੀ ਜਾਵੇ ਜ਼ਿੰਦਗੀ ਵੀ ਇੱਕ ਐਕਟ ਹੀ ਆ ਫਿਲਮ ਹੀ ਆ ਜ਼ਿੰਦਗੀ ਵੀ ਇੱਥੋਂ ਐਕਟ ਕਰਕੇ ਤੇ ਕੀ ਓਵਰ ਐਕਟਿੰਗ ਕਰਦੇ ਸੋ ਇਹ ਗੱਲ ਹੈ ਠੀਕ ਹੈ ਠੀਕ ਚਲੋ ਭਾਅ ਜੀ ਆਪਾਂ ਵਾਪਸ ਆਉਂਦੇ ਹਾਂ ਹੁਣ ਇਸ ਮਿਊਜ਼ਿਕ ਵੀਡੀਓ ਵਾਲੀ ਗੱਲ 'ਤੇ ਜਿਹੜੇ ਗਾਣੇ ਦਾ ਸ਼ੂਟ ਚੱਲ ਰਿਹਾ ਹੁਣ ਇੱਥੇ ਸੋ ਇਸ ਟਾਈਮ ਆਪਣੇ ਨਾਲ ਸੈੱਟ 'ਤੇ ਫਿਰ ਕਿਹੜੇ ਕਿਹੜੇ ਹੋਰ ਆਰਟਿਸਟ ਅਤੇ ਆਪਣੇ ਡਾਇਰੈਕਟਰ ਸਾਹਿਬ ਦਾ ਤੁਸੀਂ ਨਾਂ ਦੱਸਿਆ ਸੁਮਿਤ ਭਾਰਦਵਾਜ ਉਹ ਮੇਰੇ ਖਿਆਲ ਖੁਦ ਵੀ ਸਿੰਗਰ ਵੀ ਨੇ ਐਸ ਬੀ ਹਰਿਆਣਵੀ ਬਹੁਤ ਅੱਛੇ ਹਰਿਆਣਵੀ ਬਹੁਤ ਅੱਛੇ ਆ ਉਹਨਾਂ ਦਾ ਆਪਣੇ ਜੋਧੇ ਜੀ ਸਮੀਤ ਜੀ ਨੂੰ ਵੀ ਸੱਦੋ ਤੇ ਹੋਰ ਉਹਨਾਂ ਤੋਂ ਇਲਾਵਾ ਜਸਲੀਨ ਜੀ ਐਕਟਿੰਗ ਕਰ ਰਹੀ ਹੈ ਉਹ ਜਿਹੜੇ ਅਸੀਂ ਲੈਂਸਰ ਸੌਂਗ ਦੇ ਵਿੱਚ ਦੇਖਿਆ ਆਈ ਥਿੰਕ ਉਹਨਾਂ ਨੂੰ ਤੇ ਰਵਿੰਦਰ ਗਰੇਵਾਲ ਦੇ ਭਾਈ ਦੇ ਗੀਤ ਸੀਗਾ ਹਾਂਜੀ ਹਾਂਜੀ ਪੰਜਾਬ ਯੂਨੀਵਰਸਿਟੀ ਤੇ ਉਹ ਵੀ ਪਹਿਲੇ ਜਿਹੜੇ ਕਹਿੰਦੇ ਮੈਂ ਰੋਮਾਂਟਿਕ ਸੌਂਗ ਕਰ ਰਿਹਾ ਤੇ ਬੜਾ ਆਨੰਦ ਆ ਰਿਹਾ ਤੇ ਉਹ ਵੀ ਰੋਮਾਂਸ ਫਿਰ ਕਰ ਰਿਹਾ ਹਾਂਜੀ ਲੈ ਫਿਰ ਅਸੀਂ ਵਿੱਚ ਵਿੱਚ ਤੁਹਾਨੂੰ ਤੇ ਨਾਲ ਇੱਕ ਖਾਸ ਗੱਲ ਹੋ ਰਿਹਾ ਜੋ ਆਏ ਨੇ ਮੇਰੇ ਵੱਡੇ ਵੀਰ ਮਦਨ ਮੱਦੀ ਓ ਵਾਹ ਮੱਦੀ ਭਾਜੀ ਵੀ ਇੱਥੇ ਨੇ ਤੇ ਉਹ ਵੀ ਉਹਨਾਂ ਨਾਲ ਵੀ ਤੁਹਾਡੇ ਦਰਸ਼ਨ ਕਰਾਵਾਂਗੇ ਵਨ ਬਾਈ ਵਨ ਫਿਰ ਰੂਬਰੂ ਕਰਾਓ ਭਾਜੀ ਮਿਲਾਓਗੇ ਫਿਰ ਇੱਕ ਇੱਕ ਸਾਰਿਆਂ ਨੂੰ ਮਿਲਾਉਂਦੇ ਚੱਲੋ ਫਿਰ ਚੱਲੀਏ ਆਜੋ ਫਿਰ ਆਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡੀ ਲੋਕੇਸ਼ਨ ਮੈਂ ਸੁਮਿਤ ਭਾਰਦਵਾਜ ਅਤੇ ਅੱਜ ਅਸੀਂ ਗਾਣਾ ਕਰ ਰਹੇ ਹਾਂ ਲੈਜੈਂਡਰੀ ਸਿੰਗਰ ਸੁਖਸ਼ਿੰਦਰ ਸ਼ਿੰਦਾ ਭਾਈ ਦਾ ਅਤੇ ਇੱਕ ਹੋਰ ਭਾਈ ਆਏ ਹੋਏ ਹਮਾਰੇ ਬ੍ਰਿਟਿਸ਼ ਟੀ ਵੀ ਸੇ ਸਰਦਾਰ ਭਾਅ ਜੀ ਓ ਵਾਹ ਭਾਅ ਜੀ ਤੁਸੀਂ ਮੇਰੇ ਵਾਲਾ ਕੰਮ ਸਾਂਭ ਲਿਆ ਮੇਰੇ ਪੇਟ 'ਤੇ ਲੱਤ ਨਾ ਮਾਰੋ ਅੱਗੇ ਤੁਸੀਂ ਸਿੰਗਰ ਡਾਇਰੈਕਟਰ ਥੋੜ੍ਹੀ ਦੇਰ ਪਹਿਲੇ ਆਪੇ ਤੋਂ ਮੈਨੂੰ ਫਰੇਮ ਬਤਾ ਰਹੇ ਸੀ ਨਾ ਤਾਂ ਮੈਂ ਕਿਹਾ ਚਲੋ ਥੋੜ੍ਹੀ ਐਂਕਰਿੰਗ ਮੈਂ ਵੀ ਕਰ ਲੂੰ ਕਿਉਂ ਜੀ ਠੀਕ ਹੈ ਨਾ ਓ ਹੋ ਭਾਅ ਹੁਣ ਫਿਰ ਵੱਡੇ ਭਾਅ ਜੀ ਨੂੰ ਮਿਲੀਏ ਹਾਂ ਸਾਰਿਆਂ ਤੋਂ ਗ੍ਰੇਟ ਸਿੰਗਰ ਸ਼ਿੰਦਾ ਭਾਅ ਜੀ ਦ ਮਿਊਜ਼ਿਕ ਮੈਨ ਸੁਖਸ਼ਿੰਦਰ ਸ਼ਿੰਦਾ ਇੱਕ ਵਾਰੀ ਫਿਰ ਅਤੇ ਭਾਅ ਜੀ ਆਪਾਂ ਹੁਣ ਵੀਡੀਓ ਦੀ ਲੋਕੇਸ਼ਨ 'ਤੇ ਪਹੁੰਚੇ ਥੋੜ੍ਹਾ ਜਿਹਾ ਭਾਅ ਜੀ ਨੇ ਤਾਂ ਮੈਨੂੰ ਦੱਸਿਆ ਨੀਗਾ ਵੀਡੀਓ ਦੇ ਕੌਨਸੈਪਟ ਬਾਰੇ ਥੋੜ੍ਹਾ ਦੱਸ ਸਕਦੇ ਹੋ ਤੁਹਾਨੂੰ ਕੀ ਸ਼ੂਟ ਹੋ ਰਿਹਾ ਖੁਦ ਨਹੀਂ ਪਤਾ ਬਣਾ ਰਹਾ ਹਾਂ ਵੀ ਕੀ ਬਣਾ ਰਹਾ ਹਾਂ ਪਤਾ ਨਹੀਂ ਇਹ ਭਾਅ ਜੀ ਨੇ ਭਾਅ ਜੀ ਮੈਨੂੰ ਲੱਗਦਾ ਪਹਿਲਾਂ ਕੌਨਫੀਡੈਂਸ ਹੈ ਕਿ ਜੋ ਬਣਾਊਂਗਾ ਲੋਕਾਂ ਨੇ ਜੋ ਅੱਜ ਤੱਕ ਅਸੈਪਟ ਕੀਆ ਇਹ ਵੀ ਅਸੈਪਟ ਕਰ ਲੈਂਗੇ ਅਰੇ ਵਾਹ ਬਸ ਇੱਕੋ ਜੀ ਦਾ ਕੌਨਫੀਡੈਂਸ ਹੈ ਕਿ ਅਸੈਪਟੈਂਸ ਹੋ ਜਾਏਗੀ ਤੇ ਕੋਸ਼ਿਸ਼ ਹੈ ਕਿ ਕੁਝ ਵੱਖਰਾ ਹੋਵੇ ਜਿਹੜੇ ਭਾਅ ਜੀ ਨੇ ਪਹਿਲਾਂ ਵੀ ਇੰਨੇ ਰੋਮਾਂਟਿਕ ਗਾਣੇ ਆਏ ਨੇ ਹੋਰ ਵੀ ਬੀਟਸ ਆਏ ਅਸੀਂ ਵੀ ਕੀਤੇ ਆ ਤੇ ਕੋਸ਼ਿਸ਼ ਹੈ ਕਿ ਉਹ ਭਾਅ ਜੀ ਤੋਂ ਵੀ ਮੈਚ ਨਾ ਕਰੇ ਸਾਡਾ ਵੀ ਆਪਸ ਕੋਈ ਮੈਚ ਨਾ ਕਰੇ ਸਮਥਿੰਗ ਕੋਈ ਡਿਫਰੈਂਟ ਬਣੇ ਕਹਿਣ ਦਾ ਮਤਲਬ ਤੁਸੀਂ ਸਾਨੂੰ ਸਸਪੈਂਸ ਛੱਡਤਾ ਕਿ ਜਲਦੀ ਜਦੋਂ ਵੀਡੀਓ ਆਊਗੀ ਉਦੋਂ ਹੀ ਅਸੀਂ ਦੇਖੀਏ ਸਾਰਾ ਮਜ਼ਾ ਇਦਾਂ ਹੀ ਆ ਨਾ ਜੀ ਟ੍ਰੇਲਰ ਰਹਿਣਾ ਚਾਹੀਦਾ ਗੱਲ ਵੀ ਠੀਕ ਹੈ ਫਿਲਮ ਪਹਿਲਾਂ ਹੀ ਦੱਸਦੇ ਫਿਰ ਕੌਣ ਦੇਖਣ ਜਾਊਗਾ ਇਹ ਵੀ ਗੱਲ ਠੀਕ ਆ ਤੇ ਭਾਅ ਜੀ ਸ਼ਿੰਦਾ ਭਾਅ ਜੀ ਦੇ ਨਾਲ ਹੋਰ ਕੌਣ ਇੱਥੇ ਆਰਟਿਸਟ ਨਾਲ ਆਪਣੇ ਲੋਕੇਸ਼ਨ ਮਾਰੇ ਜੀ ਬਹੁਤ ਹੀ ਅੱਛੀ ਕੰਨਿਆ ਅੱਜ ਕੱਲ ਬੜਾ ਅੱਛਾ ਕੰਮ ਕਰ ਰਹੇ ਆ ਉਹ ਕੰਨਿਆ ਮੇਰਾ ਉਹ ਹਰਿਆਣਵੀ ਆ ਗਈ ਮਾੜੀ ਨਹੀਂ ਨਹੀਂ ਪੈਟ ਸਟਾਈਲ ਹੈ ਅੱਛਾ ਪੈਟ ਸਟਾਈਲ ਹੈ ਹਾਂ ਮਤਲਬ ਭਾਜੀ ਤੁਸੀਂ ਸਾਡੇ ਤੋਂ ਦੂਰ ਕਿਹਦੇ ਵਿੱਚ ਕੰਨਿਆਂ ਨੂੰ ਤੁਹਾਡੇ ਨਾਲ ਖੜਾਉਣਾ ਇਹਦੇ ਵਿੱਚ ਰੀਜ਼ਨ ਹੈ ਕਿ ਰੋਜ਼ ਨਵੀਂ ਕੁੜੀ ਆਉਂਦੀ ਹੈ ਕੁੜੀ ਦਾ ਜੇ ਗਲਤ ਨਾਂ ਲੈ ਤਾਂ ਉਹ ਗੁੱਸਾ ਕਰਦੀ ਹੈ ਅੱਛਾ ਇਸ ਕਰਕੇ ਮੈਂ ਫਿਕਸ ਰੱਖਿਆ ਹੋਇਆ ਕੰਨਿਆ ਕੰਨਿਆ ਕਿਆ ਕਿ ਯਾਦ ਹੀ ਨਾ ਰਵੇ ਤੇ ਉਹ ਮਾਈਂਡ ਵੀ ਨਾ ਕਰੇ ਤੇ ਹੁਣ ਆਪਾਂ ਕੰਨਿਆਂ ਨੂੰ ਬੁਲਾਉਂਦੇ ਪਰ ਇਸ ਕੁੜੀ ਦਾ ਨਾਮ ਮੈਨੂੰ ਯਾਦ ਹੈ ਕਿਉਂਕਿ ਬਹੁਤ ਚੰਗੀ ਕੁੜੀ ਹੈ ਦਾ ਨਾਮ ਹੈਗਾ ਜਸਲੀਨ ਜਸਲੀਨ ਜੀ ਆ ਜਾਓ ਲਓ ਜੀ ਸਾਡੇ ਵੀਡੀਓ ਦੀ ਹਸੀਨ ਆਲ ਦਾ ਵੇਰੀ ਫਰਮ ਦਿੱਲੀ ਔਰ ਜਸਲੀਨ ਲਓ
ਜੀ ਆ ਤੁਸੀਂ ਹੁਣ ਮਾਈਕ ਸੰਭੋ ਅੱਛਾ ਮੈਂ ਕਰਦਾ ਸ਼ਾਰਟ ਦੀ ਤਿਆਰੀ ਥੋੜਾ ਜਿਹਾ ਪਿਆਰ ਕਰਦੇ ਹੋ ਮੈਂ ਐਦਾਂ ਹੀ ਵਧੀਆ ਵੀਡੀਓ ਬਣਾ ਦਾਂਗਾ ਸਤਿ ਸ਼੍ਰੀ ਅਕਾਲ ਓ ਵਾਹ ਭਾਜੀ ਥੈਂਕ ਯੂ ਭਾਜੀ ਇੰਨਾ ਟਾਈਮ ਦੇਣ ਲਈ ਥੈਂਕ ਯੂ ਵੈਲਕਮ ਸਾਡੇ ਵੀਡੀਓ ਦੀ ਭਾਜੀ ਹਸੀਨ ਬਿਲਕੁਲ ਕੁੜੀ ਜਸਲੀਨ ਸੋ ਜਸਲੀਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬ੍ਰਿਟਿਸ਼ਾ ਟੀਵੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ ਚਲੋ ਤੁਸੀਂ ਪਹਿਲਾਂ ਸਤਿ ਸ਼੍ਰੀ ਅਕਾਲ ਕਰ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਜਿਹੜੇ ਸਾਰੇ ਇੰਨਾ ਪਿਆਰ ਦੇ ਰਹੇ ਹੋ ਉਹਦੇ ਵਾਸਤੇ ਮੈਂ ਬਹੁਤ 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 ਸ਼ੁਕਰਗੁਜ਼ਾਰ ਹਾਂ ਥੈਂਕ ਯੂ ਤੇ ਅੱਗੇ ਵੀ ਹਮੇਸ਼ਾ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਤੇ ਐਵੇਂ ਦਿੰਦੇ ਰਹੋ ਜਸਲੀਨ ਨੂੰ ਵੈਸੇ ਤਾਂ ਤੁਸੀਂ ਸਾਰਿਆਂ ਨੇ ਪਛਾਣ ਲਿਆ ਹੋਣਾ ਫਿਰ ਵੀ ਮੈਂ ਇੱਕ ਵਾਰੀ ਇਹਨਾਂ ਦੀ ਇੰਟਰੋਡਕਸ਼ਨ ਦੇ ਦਾਂ ਜੱਸੀ ਗਿੱਲ ਦਾ ਲੈਂਸਰ ਸੌਂਗ ਸਾਰਿਆਂ ਨੇ ਦੇਖਿਆ ਹੋਇਆ ਤੇ ਰਵਿੰਦਰ ਗਰੇਵਾਲ ਭਾਜੀ ਦਾ ਰੀਸੈਂਟਲੀ ਸੌਂਗ ਆਇਆ ਸੀ ਲਵਲੀ ਵਰਸਿਸ ਪੀਯੂ ਉਹਦੇ 'ਚ ਵੀ ਉਹ ਨਖਰੇ ਅਦਾਵਾਂ ਵਾਲੇ ਸਾਡੇ ਜਸਲੀਨ ਕੌਰ ਹੀ ਸੀਗੇ ਤੇ ਜਸਲੀਨ ਜੀ ਅੱਜ ਫਿਰ ਆਪਣੇ ਸੁਖਸ਼ਿੰਦਰ ਸ਼ਿੰਦਾ ਭਾਜੀ ਮੈਨੂੰ ਕਹਿਣ ਦੀ ਲੋੜ ਨਹੀਂ ਇਹਨਾਂ ਦੇ ਨਾਮ ਦੇ ਨਾਲ ਜਿੱਦਾਂ ਲੈਜੈਂਡਰੀ ਜਾਂ ਕੁਛ ਵੀ ਉਹ ਸਭ ਪਤਾ ਆ ਸਭ ਨੂੰ ਸੋ ਇਹਨਾਂ ਨਾਲ ਤੁਸੀਂ ਕੰਮ ਕਰ ਰਹੇ ਹੋ ਇਜ਼ ਇਟ ਅ ਕਾਇੰਡ ਆਫ ਬਿਗ ਓਪਰਚੁਨਿਟੀ ਔਰ ਸਮ ਕਾਇੰਡ ਆਫ ਨਰਵਸਨੈਸ No, it's a big opportunity, but no nervousness because he's a very, very cool, down-to-earth person, grounded. इन्होंने मुझे बिल्कुल भी uncomfortable में feel ही नहीं किया बिल्कुल और मुझे इतना अच्छा लग रहा है shoot करके मतलब लग नहीं रहा सुबह से हम shoot कर रहे हैं we are just we enjoying और इतना प्यारा romantic song है पहली बार मैं ये वाला song मैं attempt कर रही हूँ and we are doing like casually मतलब कि effortless कोई effort लगाने की जरूरत ही नहीं पड़ रही है और वही चीज आपको सुन के और देख के भी you will feel that definitely and I तो love this song ये मेरा favorite हो गया मैं सुबह से रिपीट सुन रही हूँ ये सॉन्ग अच्छा सुखशिंदर शिंदा भाजी ने सानू सुनाता आया पहला ये सॉन्ग तुसी चाहने हो दोबारा एक बार फिर गा के सुनाओ हां जी जरूर जरूर व्हाई नॉट माइक हैगा करा साहब हां जी अच्छा चलो डबल माइक लगा होया जसलीन इज वेरी बहुत अच्छी एक्टिंग कर रही है शी इज वेरी गुड आर्टिस्ट सो आई लाइक टू थैंक हर एज़ वेल ते मैं ਥੈਂਕ ਸ਼ਾਜ਼ੀਆ ਮਨਜੂਰੀ ਦਾ ਵੀ ਇੱਕ ਵਾਰੀ ਫੇਰ ਕਰੂੰਗਾ ਜਿਹਨਾਂ ਨੇ ਵੀ ਆਪਣੀ ਬਿਊਟੀਫੁਲ ਆਵਾਜ਼ ਦਿੱਤੀ ਹੈ ਜਿਸ ਕਰਕੇ ਗੀਤ ਬਣਿਆ ਉਹਨਾਂ ਦੀ ਆਵਾਜ਼ ਹੈ ਮੈਂ ਤਾਂ ਕੁਛ ਵੀ ਨਹੀਂ ਐਸੀ ਬਿਊਟੀਫੁਲ ਆਵਾਜ਼ ਹੈ ਤੇ ਜਸਲੀਨ ਵੀ ਅਸਲ ਬਿਊਟੀਫੁਲੀ ਐਕਟਿੰਗ ਕਰ ਰਹੇ ਆ ਤੇ ਇਹ ਗੀਤ ਹੁਣ ਗਾਊਗਾ ਮੇਰਾ ਵੱਡਾ ਵੀਰ ਮਦਨ ਮੱਦੀ ਜੀ ਇੱਕ ਹੋਰ ਸਰਪ੍ਰਾਈਜ਼ ਜੀ ਲੈ ਸਰਪ੍ਰਾਈਜ਼ ਮੱਦੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਚੰਗਾ ਲੱਗਾ ਪਹਿਲਾਂ ਤਾਂ ਤੁਹਾਨੂੰ ਮਿਲ ਕੇ ਤੇ ਜੇ ਹੁਣ ਭਾਜੀ ਨੇ ਕਹਿ ਹੀ ਦਿੱਤਾ ਤੇ ਆਪਾਂ ਤੁਹਾਡੀ ਇੰਟਰੋਡਕਸ਼ਨ ਕਰਨ ਦੀ ਲੋੜ ਤਾਂ ਨਹੀਂ ਗੀ ਗੀਤ ਤੋਂ ਹੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਸੋ ਮੇਰਾ ਸਾਰਿਆਂ ਜਿੰਨੇ ਵੀ ਬ੍ਰਿਟਿਸ਼ ਏਸ਼ੀਆ ਦੇਖਣ ਵਾਲੇ ਆਡੀਅੰਸ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਉਸਤਾਦ ਜੀ ਛੋਟੇ ਵੀਰ ਉਦਾਂ ਉਸਤਾਦ ਜੀ ਵੀ ਬਹੁਤ ਅੱਛਾ ਗੀਤ ਬਣਾਇਆ ਅਤੇ ਸ਼ਾਜ਼ੀਆ ਜੀ ਨੇ ਨਾਲ ਗਾਇਆ ਅਤੇ ਜਿੱਦਾਂ ਤੁਸੀਂ ਪਹਿਲਿਆਂ ਗਾਣਿਆਂ ਨੂੰ ਪਿਆਰ ਦਿੰਦੇ ਰਹੇ ਹਾਂ ਇਸੇ ਤਰ੍ਹਾਂ ਇਸ ਗੀਤ ਨੂੰ ਬਹੁਤ ਵਧੀਆ ਤਰੀਕੇ ਨਾਲ ਸੁਣੋਗੇ ਅਤੇ ਨਾਲ ਦੀ ਨਾਲ ਇਹ ਜ਼ਰੂਰੀ ਆ ਵੀ ਜਿਹੜਾ ਇਹ ਪੰਜਾਬੀ ਦੀ ਸੇਵਾ ਕਰ ਰਹੇ ਆ ਇੰਗਲੈਂਡ ਦੇ ਬੋਰਨ ਹੋਣ ਦੇ ਬਾਵਜੂਦ ਵੀ ਉਹ ਇੱਕ ਬੜੀ ਵੱਡੀ ਗੱਲ ਆ ਅਤੇ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣਗੇ ਅਤੇ ਅਸੀਂ ਇਹਨੂੰ ਇੱਦਾਂ ਹੀ ਪਿਆਰ ਦਿੰਦੇ ਰਹਾਂਗੇ ਅਤੇ ਗੀਤ ਭਾਅ ਜੀ ਫਿਰ ਦੋ ਲਾਈਨਾਂ ਸੁਣਾ ਲੈਂਦਾ ਜੀ ਵੀ ਜਦੋਂ ਫਿਰ ਉਸਤਾਦ ਜੀ ਦੇ ਨਾਲ ਰਹੀਏ ਫੁਲਕੇ ਜ਼ਿਆਦਾ ਖਾਣੇ ਪੈਂਦੇ ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ ਅੱਗੇ ਤੁਸੀਂ ਫਿਨਿਸ਼ ਕਰੋ ਬਹੁਤ ਅੱਛੇ ਮਹਾਰਾਜ ਦੁਬਾਰਾ ਸੋ ਮੈਂ ਚਾਹੂੰਗਾ ਮੈਂ ਹੋਰ ਗੱਲ ਦੱਸਣੀ ਜਾਣਾ ਖੈਰਾ ਸਾਹਿਬ ਹਾਂਜੀ ਵੀ ਬੜਾ ਵੱਡਾ ਵੀਰ ਸਾਡਾ ਮੋਹਨ ਮਦਨ ਮੱਦੀ ਜੀ ਤੇਰਾ ਨਾਂ ਚੰਗਾ ਵਾਲੇ ਹੱਸ ਬੋਲਵੇ ਬਹੁਤ ਅੱਛੇ ਇਹਨਾਂ ਨੇ ਬਿਲਕੁਲ ਮਿਲਦੀ ਸੌਂਗ ਜੈਸੇ ਗਾਉਂਦੇ ਨੇ ਐਸੀ ਮਿਠਾਸ ਆਵਾਜ਼ ਦੇ ਵਿੱਚ ਗੱਡੀ ਵਾਲਿਆ ਬਾਬੂਆ ਸੋ ਇਹਨਾਂ ਦਾ ਵੀ ਗੀਤ ਮੈਂ ਕਰ ਰਿਹਾ ਆ ਰਿਹਾ ਮੈਂ ਦੱਸਣਾ ਚਾਹੂੰਗਾ ਸਾਰੇ ਬ੍ਰਿਟਿਸ਼ ਕਿਉਂਕਿ ਬਹੁਤ ਸਾਰੇ ਲੋਕ ਈਮੇਲ ਕਰਦੇ ਯਾਰ ਵੀ ਭਾਅ ਜੀ ਮਦਨ ਮਾਈ ਤੇ ਤੁਸੀਂ ਗੀਤ ਨਹੀਂ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਸੀਗਾ ਲੇਕਿਨ ਹੁਣ ਇਹਦਾ ਸਿੰਗਲ ਗੀਤ ਆ ਰਿਹਾ ਬਹੁਤ ਜਲਦੀ ਸੋ ਮੈਂ ਇਹ ਵੀ ਦੱਸਣਾ ਚਾਹਨਾ ਕੀ ਬਾਤ ਹੈ ਉਹਦੇ ਬੋਲ ਸ਼ੇਅਰ ਕਰ ਸਕਦੇ ਕਿ ਅਜੇ ਸਸਪੈਂਸ ਆ ਤੂੰ ਪਹਿਲਾਂ ਗਾ ਦੇਣਾ ਸਾਤੋਂ ਨਹੀਂ ਚਲੋ ਉਹ ਹੁਣ ਆਪਾਂ ਨਹੀਂ ਸ਼ੇਅਰ ਕਰਦੇ ਬਿਕੋਜ਼ ਉਹਦੇ ਸ਼ੂਟ ਦੇ ਬਹਾਨੇ ਫੇਰ ਮੈਂ ਤੁਹਾਨੂੰ ਮਿਲਣ ਲਾਉਂਗਾ ਮੱਦੀ ਭਾਜੀ ਨੂੰ ਤੇ ਤੁਹਾਨੂੰ ਤੇ ਚਲੋ ਐਂ ਕਰਦੇ ਹਾਂ ਆਪਾਂ ਉਹ ਵਾਲਾ ਨਹੀਂ ਸ਼ੇਅਰ ਕਰਦੇ ਅਤੇ ਮੱਦੀ ਭਾਜੀ ਦਾ ਇੱਕ ਗਾਣਾ ਤੁਸੀਂ ਕੋਈ ਦੱਸ ਦਿਓ ਆਪਾਂ ਹੁਣ ਇਹਨਾਂ ਕੋਲ ਕਿਹੜਾ ਸੁਣਿਆ ਹੁਣ ਇੱਦਾਂ ਦੇ ਮੌਕੇ ਵਾਰ ਵਾਰ ਨਹੀਂ ਮਿਲਦੇ ਆਪਾਂ ਨੂੰ ਅੱਜ ਇੰਨਾ ਵੱਡਾ ਸਰਪ੍ਰਾਈਜ਼ ਮਿਲ ਗਿਆ ਅਤੇ ਭਾਜੀ ਇੱਕ ਗਾਣਾ ਤਾਂ ਹੋਰ ਬਣਦਾ ਗੱਡੀ ਵਾਲਿਆ ਬਾਬੂਆ ਰੋਕ ਗੱਡੀ ਹਾਏ ਰੋਕ ਗੱਡੀ ਮੇਰਾ ਯਾਰ ਵਫਾ ਨਹੀਂ ਓ ਕਰ ਚੱਲਿਆ ਗੱਡੀ ਵਾਲਿਆ ਬਾਬੂਆ ਰੋਕ ਗੱਡੀ ਹਾਏ ਰੋਕ ਗੱਡੀ
ਹਾਏ ਵੇ ਰੋਕ ਗੱਡੀ ਵਾਹ ਕੀ ਬਾਤ ਹੈ ਭਾਜੀ ਵਾਹ ਜੀ ਵਾਹ ਮਜ਼ਾ ਆ ਗਿਆ ਭਾਜੀ ਮਜ਼ਾ ਆ ਗਿਆ ਯਾਦਾਂ ਤਾਜ਼ੀਆਂ ਹੋ ਗਈਆਂ ਉਹ ਵਾਲੀਆਂ ਸੋ ਮੈਂ ਉਮੀਦ ਕਰਦਾ ਕਿ ਜਲਦੀ ਹੀ ਤੁਹਾਨੂੰ ਹੁਣ ਅਸੀਂ ਸਕਰੀਨ 'ਤੇ ਵਾਪਸ ਦੇਖਾਂਗੇ ਉਸੇ ਰੂਪ ਦੇ ਵਿੱਚ ਪਹਿਲਾਂ ਵਾਲੇ ਸੋ ਥੈਂਕ ਯੂ ਭਾਜੀ ਸਾਨੂੰ ਜੁਆਇਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਆਹ ਤਾਂ ਭਾਜੀ ਤੁਸੀਂ ਸਰਪ੍ਰਾਈਜ਼ ਦੇ ਕੇ ਮਜ਼ਾ ਲਿਆਤਾ ਮੱਦੀ ਭਾਜੀ ਕਿੰਨੇ ਕਿੰਨੀਆਂ ਰੂਹਾਂ ਦੇ ਦਰਸ਼ਨ ਕਰਾਏ ਮਹਾਰਾਜ ਕੀ ਬਾਤ ਹੈ ਜਸਲੀਨ ਜੀ ਸਮੀਤ ਭਾਰਦਵਾਜ ਦੇ ਮਦਨ ਮੱਦੀ ਜੀ ਜਿਹੜਾ ਆਈਸਿੰਗ ਔਨ ਦਾ ਕੇਕ ਹੁੰਦਾ ਨਾ ਉਹ ਮਦਨ ਮੱਦੀ ਜੀ ਕੀ ਬਾਤ ਅਸੀਂ ਆਏ ਤਾਂ ਸੀਗੇ ਸੁਖਸ਼ਿੰਦਰ ਸ਼ਿੰਦਾ ਜੀ ਨੂੰ ਮਿਲਣ ਨਾਲ ਨਾਲ ਇੰਨਾ ਕੋਂਬੋ ਪੈਕ ਮਿਲ ਗਿਆ ਸਾਨੂੰ ਤਾਂ ਸੋ ਜਸਲੀਨ ਸਾਡੇ ਨਾਲ ਜੁਆਇਨ ਨੇ ਹਜੇ ਜਸਲੀਨ ਜਿੱਦਾਂ ਅੱਜ ਕੱਲ੍ਹ ਮਾਡਲਿੰਗ ਤੋਂ ਐਕਟਿੰਗ ਵੱਲ ਨੂੰ ਸਾਰੇ ਹੋ ਰਹੇ ਨੇ ਇਟਸ ਭਾਜੀ ਨੇ ਵੀ ਕਿਹਾ ਵੀ ਇਟਸ ਅ ਕਾਇੰਡ ਆਫ ਐਕਟਿੰਗ ਆਲਸੋ ਬਟ ਫਿਰ ਵੀ ਤੁਸੀਂ ਵੀ ਕੋਈ ਫਿਲਮ ਵਗੈਰਾ ਅੱਗੇ ਕਰ ਰਹੇ ਹੋ ਜਾਂ ਹਜੇ ਸੌਂਗਸ ਦਾ ਹੀ ਚੱਲ ਰਿਹਾ ਨਹੀਂ ਫਿਲਮ ਦੀ ਅਜੇ ਮੈਂ ਕੋਈ ਐਸਾ ਮੈਂ ਸੋਚਿਆ ਨਹੀਂ ਕਿ ਹਾਂ ਮੈਂ ਕਰੂੰਗੀ ਜਾਂ ਕੁਛ ਪਰ ਹਾਂ ਗੱਲ ਵਗੈਰਾ ਜ਼ਰੂਰ ਚੱਲ ਰਹੀ ਹੈ ਫਿਲਮ ਦੀ ਪਰ ਜੇ ਮੈਨੂੰ ਲੱਗਿਆ ਹਾਂ ਮੈਂ ਇਸ ਕਰੈਕਟਰ ਨੂੰ ਜਸਟੀਫਾਈ ਕਰ ਸਕਦੀ ਹਾਂ ਅਤੇ ਮੈਂ ਜ਼ਰੂਰ ਕਰਾਂਗੀ ਅਟੈਂਪਟ ਪਰ ਇੱਦਾਂ ਨਹੀਂ ਕਰਨੀ ਹਾਂ ਵੀ ਕਿਉਂਕਿ ਸੌਂਗਸ ਕਰ ਰਹੇ ਹਾਂ ਅਤੇ ਫਿਲਮ ਕਰਨੀ ਹੀ ਕਰਨੀ ਹੈ ਇੱਦਾਂ ਨਹੀਂ ਕਰਨੀ ਜੇ ਮੈਨੂੰ ਲੱਗਿਆ ਹਾਂ ਇਸ ਕਰੈਕਟਰ ਵਿੱਚ ਮੈਂ ਜਸਟੀਫਾਈ ਕਰਦੀ ਹਾਂ ਅਤੇ ਮੈਂ ਜ਼ਰੂਰ ਕਰਾਂਗੀ ਫਿਲਮ ਕੀ ਬਾਤ ਹੈ ਜੀ ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਨੂੰ ਸਾਡੀਆਂ ਕਿ ਇੱਦਾਂ ਹੀ ਐਂਟਰਟੇਨ ਕਰਦੇ ਰਹੋ ਅਤੇ ਸਕਸੈਸ ਹਾਸਲ ਕਰਦੇ ਰਹੋ ਥੈਂਕ ਯੂ ਸੋ ਮੱਚ ਸਾਨੂੰ ਇੱਦਾਂ ਟਾਈਮ ਦੇਣ ਲਈ ਕਿਉਂਕਿ ਉਹ ਸਾਹਮਣੇ ਬਾਰ ਬਾਰ ਮੈਨੂੰ ਇਸ਼ਾਰੇ ਕਰ ਰਹੇ ਨੇ ਕਿ ਉਹਨਾਂ ਦਾ ਸ਼ੌਟ ਹੈ ਉਹਨਾਂ ਦਾ ਸ਼ੌਟ ਹੈ ਇਹਨਾਂ ਨੂੰ ਭੇਜ ਦਿਓ ਸੋ ਥੈਂਕ ਯੂ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਥੈਂਕ ਯੂ ਵੈਰੀ ਮੱਚ ਭਾਜੀ ਹੁਣ ਆਪਾਂ ਰਹਿ ਗਏ ਹਾਂ ਇਕੱਲੇ ਅਤੇ ਇੱਕ ਨਾ ਮੈਂ ਸ਼ੁਰੂ ਤੋਂ ਗੱਲ ਪੁੱਛਣੀ ਚਾਹ ਰਿਹਾ ਸੀਗਾ ਮੈਂ ਕਿਹਾ ਚਲੋ ਹੁਣ ਮੌਕਾ ਮਿਲਿਆ ਬ੍ਰਿਟੇਸ਼ੀਆ ਟੀਵੀ 'ਤੇ ਮੈਂ ਤੁਹਾਨੂੰ ਦੱਸਿਆ ਜਦੋਂ ਅਵਾਰਡ ਫੰਕਸ਼ਨ ਤੁਹਾਡੀ ਪਰਫੋਰਮੈਂਸ ਦੇਖੀ ਆ ਸਭ ਤੋਂ ਅਗਲੇ ਟੇਬਲ 'ਤੇ ਬਹਿ ਕੇ ਤੁਸੀਂ ਮੇਰੇ ਵੱਲ ਦੇਖਿਆ ਵੀ ਨਹੀਂ ਖੈਰ ਚਲੋ ਅਤੇ ਉੱਥੇ ਇੱਕ ਨਾ ਸੌਂਗ ਤੁਸੀਂ ਕਿਹਾ ਸੀਗਾ ਜਿਹ 'ਚ ਗਾਣਾ ਬੰਦ ਨਾ ਕਰੀ ਉਹ 'ਚ ਕੋਈ ਕੀਬੋਰਡ ਜਾਂ ਕੋਈ ਇੱਦਾਂ ਦਾ ਇੰਸਟਰੂਮੈਂਟ ਨਹੀਂ ਸੀਗਾ ਸਾਰੇ ਦੇਸੀ ਇੰਸਟਰੂਮੈਂਟ ਤੁਸੀਂ ਗਾਇਆ ਸੀ ਉਹ ਕੀ ਸੀਗਾ ਵੀਰ ਜੀ ਮੈਂ ਕਿਉਂਕਿ 2-3 ਸਾਲ ਬਾਅਦ ਮੈਂ ਵੇਖਿਆ ਗਿਆ ਬ੍ਰਿਟਿਸ਼ੀ 'ਤੇ ਅਤੇ ਉਹਦੇ 'ਚ ਮੇਰਾ ਸੀਗਾ ਕੁਛ ਵੀ ਡਿਫਰੈਂਸ ਉਹ ਮੈਂ ਕਿਹਾ ਵੀ ਯਾਰ ਜਦੋਂ ਪਹਿਲੀਆਂ ਜਗਾਉਂਦੇ ਸੀਗੇ ਬਗੈਰ ਕੀਬੋਰਡ ਤੋਂ ਤਾਂ ਉਹ ਚੀਜ਼ ਕੋਸ਼ਿਸ਼ ਕੀਤੀ ਅਲਗ ਹੋ ਜਾ ਤੁੰਬੀ ਘੜਾ ਚਿਮਟਾ ਅਤੇ ਤਬਲਾ ਢੋਲਕ ਅਤੇ ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਅਤੇ ਉਹਦੇ ਵਿੱਚ ਜ਼ਿਆਦਾ ਮੈਂ ਨਵੇਂ ਗੀਤ ਗਾਏ ਸੀਗੇ ਜਿਹੜਾ ਤੁਸੀਂ ਗੀਤ ਕਹਿ ਰਹੇ ਵੀ ਗਾਣਾ ਬੰਦ ਨਾ ਕਰੀ ਮੈਂ ਪਾਲਟੀ ਬੰਦ ਨਾ ਕਰੀ ਮੈਂ ਦਿਲਦਾਰਾ ਮਿੱਤਰਾਂ ਨੇ ਹੋਰ ਨੱਚਣਾ ਉਹ ਮੇਰਾ ਗੀਤ ਆ ਰਿਹਾ ਮੇਰਾ ਵੀਰ ਡੀ ਜੇ ਵਿਕਸ ਹੈ ਬਹੁਤ ਅੱਛਾ ਮਿਊਜ਼ਿਕ ਕਰਦੇ ਨੇ ਉਹਨਾਂ ਦੀ ਬਹੁਤ ਤਮੰਨਾ ਸੀ ਕਈ ਸਾਲਾਂ ਤੋਂ ਵੀ ਮੈਂ ਗੀਤ ਬਣਾਉਣਾ ਭਾਅ ਜੀ ਅਤੇ ਮੈਂ ਕਿਹਾ ਕਰਾਂਗੇ ਸੋ ਇਹ ਗੀਤ ਉਹਨਾਂ ਵਾਸਤੇ ਮਤਲਬ ਸੁਖਸ਼ਿੰਦਰ ਸ਼ਿੰਦਾ ਜੀ ਕਿਸੇ ਹੋਰ ਦੇ 뮤직 ਤੇ ਇਨ ਫੈਕਟ ਸੈਕਿੰਡ ਟਾਈਮ ਹਾਂਜੀ ਸਿਰਫ ਸੈਕਿੰਡ ਟਾਈਮ ਓਨਲੀ ਸੈਕਿੰਡ ਟਾਈਮ ਕਿਸੇ ਹੋਰ ਦੇ 뮤직 ਤੇ ਗਾਉਂਦੇ ਦਿਖਣਗੇ ਭਾਜੀ ਇਹ ਕੀ ਹੈ ਗੀਤ ਹੁਣ ਸ਼ੇਅਰ ਕਰ ਹੀ ਦੋ ਥੋੜਾ ਜਿਹਾ ਹੋਰ ਇਹਦੇ ਬਾਰੇ ਇਹਦੇ ਚ ਪਾਲਟੀ ਇਸ ਤਰ੍ਹਾਂ ਵੀ ਜਿੱਦਾਂ ਹੁਣ ਪਾਲਟੀ ਇਹਦੇ ਜਦੋਂ ਖਤਮ ਹੋ ਜਾਂਦਾ ਵਿਆਹ ਨਾ ਤੇ ਲੋਕੀ ਕਹਿੰਦੇ ਯਾਰ ਵੀ ਗੀਤ ਹੋਰ ਲਾਓ ਜਾਂ ਕਿਦਾਂ ਉਸ ਸੀਨ ਨੂੰ ਅਸੀਂ ਕੋਸ਼ਿਸ਼ ਕੀਤੀ ਵੀਡੀਓ ਵੀ ਸਮੀਤ ਜੀ ਨੇ ਕੀਤੀ ਹੈ ਤੇ ਦੋ ਬੋਲ ਤੁਹਾਨੂੰ ਸੁਣਾ ਵੀ ਦਿੰਦੇ ਗੀਤ ਤੇ ਅੱਜ ਸਾਡੇ ਪੈਗ ਸ਼ੈਗ ਲੱਗੇ ਹੋਏ ਨੇ ਲੰਡਨੋਂ ਵੀ ਯਾਰ ਬੇਲੀ ਸੱਦੇ ਹੋਏ ਨੇ ਓਏ ਅੱਜ ਸਾਡੇ ਪੈਗ ਸ਼ੈਗ ਲੱਗੇ ਹੋਏ ਨੇ ਇੰਡੀਆ ਤੋਂ ਯਾਰ ਬੇਲੀ ਸੱਦੇ ਹੋਏ ਨੇ ਅਸੀਂ ਰਲ ਮਿਲ ਲੁੱਟਣਾ ਨਜ਼ਾਰਾ ਵੇ ਮਿੱਤਰਾਂ ਨੇ ਹੋਰ ਨੱਚਣਾ ਪਾਲਟੀ ਬੰਦ ਨਾ ਹੋ ਬੰਦ ਨਾ ਕਰੀ ਮੈਂ ਦਿਲਦਾਰਾ ਮਿੱਤਰਾਂ ਨੇ ਹੋਰ ਨੱਚਣਾ ਤੁਸੀਂ ਹੁਣ ਪੰਜਾਬ ਆਏ ਹੋਏ ਹੋ ਜੀ ਜੀ ਇਹਦਾ ਕੋਈ ਖਾਸ ਰੀਜ਼ਨ ਜਾਂ ਵੈਸੇ ਮੈਂ ਇੱਕ ਗੱਲ ਹੋਰ ਦੱਸਾਂ ਬੜੀ ਵੈਸੇ ਮੇਰੇ ਲਈ ਕੀ ਕਹਾਂ ਹੁਣ ਮੈਂ ਅਫਸੋਸ ਦੀ ਗੱਲ ਆ ਕਿ ਮੈਂ ਤੁਹਾਨੂੰ ਕਦੇ ਪੰਜਾਬ 'ਚ ਲਾਈਵ ਨਹੀਂ ਸੀ ਦੇਖਿਆ ਅੱਛਾ ਫਸਟ ਟਾਈਮ ਮੈਨੂੰ ਮੌਕਾ ਮਿਲਿਆ ਤੁਹਾਨੂੰ ਲਾਈਵ ਦੇਖਣ ਦਾ ਵੀ ਯੂਕੇ ਦੇ ਵਿੱਚ ਜਾ ਕੇ ਬੱਲੇ ਬੱਲੇ ਸੋ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਲਾਈਵ ਦੇਖਣ ਲੱਗੇ ਹਾਂ ਅਸੀਂ ਬਿਲਕੁਲ ਪ੍ਰੋਗਰਾਮ ਮੈਂ ਕਰ ਰਿਹਾ ਅੱਗੇ ਵੀ ਕਰਦਾ ਹੁੰਦਾ ਲੇਕਿਨ ਹੁਣ ਕੁਛ ਜ਼ਿਆਦਾ ਹੀ ਕਰ ਰਿਹਾ ਅਤੇ ਕੈਂਸਰ ਅਵੇਅਰਨੈਸ ਵਾਸਤੇ ਪ੍ਰੋਗਰਾਮ ਵੀ ਚੰਡੀਗੜ੍ਹ ਖਾਸ ਕਰਕੇ ਕਰ ਰਿਹਾ ਪ੍ਰੋਗਰਾਮ ਅਤੇ ਬਾਕੀ ਪੰਜਾਬ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਕਰ ਰਿਹਾ ਮੈਂ ਅਤੇ 2-3 ਮਹੀਨੇ ਇੱਥੇ ਆਊਂਗਾ ਅਤੇ ਯਾਰਾਂ ਦੋਸਤਾਂ ਦੇ ਇੱਥੇ ਪਿਆਰ ਅਤੇ ਸੰਗਤ ਬਹੁਤ ਕਰਦੀ ਆ ਅਤੇ ਉਹਨਾਂ ਦਾ ਵੀ ਪਿਆਰ ਫਿਰ ਲਵਾਂਗੇ ਵੈਰੀ ਗੁੱਡ ਨਿਊਜ਼ 3 ਮਹੀਨੇ ਸੁਖਸ਼ਿੰਦਰ ਸ਼ਿੰਦਾ ਭਾਜੀ ਸਾਡੇ ਕੋਲ ਹੀ ਨੇ ਅਤੇ ਭਾਜੀ ਆਪਾਂ ਫਿਰ ਕਿਸੇ ਦਿਨ ਲੰਚ ਡਿਨਰ ਕੋਈ ਗੱਲ ਨਹੀਂ ਪੱਕਾ ਹੁਣ ਮੈਂ ਕੈਮਰੇ ਸਾਹਮਣੇ ਘਵਾ ਲੈਣਾ ਤੁਹਾਡੇ ਕੋਈ ਗੱਲ ਨਹੀਂ ਮਹਾਰਾਜ ਅਤੇ ਬਾਕੀ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਬਹੁਤ ਸੋਹਣਾ ਪ੍ਰੋਗਰਾਮ ਅਸੀਂ ਵੇਖਦੇ ਹੁੰਦੇ ਯੂਕੇ ਤੁਹਾਡਾ ਇਟਸ ਵੈਰੀ ਨਾਈਸ ਕੀਪ ਇਟ ਅਪ ਥੈਂਕ ਯੂ ਭਾਜੀ ਥੈਂਕ ਯੂ ਤੁਸੀਂ ਇੰਨਾ ਸਾਰਾ ਟਾਈਮ ਸਾਨੂੰ ਦਿੱਤਾ ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਅਤੇ ਇੱਕ ਲਾਸਟ ਦੇ ਵਿੱਚ ਹੁਣ ਮੇਰੀ ਇੱਕ ਫਰਮਾਇਸ਼ ਕਹਿ ਲਓ ਮੇਰੀ ਪਰਸਨਲ ਫਰਮਾਇਸ਼ ਦਰਸ਼ਕਾਂ ਦੀਆਂ ਤਾਂ ਬਹੁਤ ਸਾਰੀਆਂ ਆ ਜਾਣਗੀਆਂ
ਚਿੱਠੀ ਲੰਡਨੋਂ ਲਿਖਦਾ ਤਾਰਾ ਮੇਰਾ ਬਹੁਤ ਜ਼ਿਆਦਾ ਫੇਵਰੇਟ ਸੌਂਗ ਹੈ। ਕੋਈ ਗੱਲ ਨਹੀਂ, ਰਾਜ ਕਾਕਰਾ ਜੀ ਦਾ ਲਿਖਿਆ ਬਹੁਤ ਸਾਰਾ ਪਿਆਰ ਮੇਰਾ ਸਤਿਕਾਰ ਇਸ ਗੀਤ ਨੂੰ ਸਾਰੇ ਓਵਰਸੀਜ਼ ਅਤੇ ਇੰਡੀਆ 'ਚ ਬੇਬੀ ਕਿ ਉਹ ਮੈਂ ਗੀਤ ਤੁਹਾਡੀ ਨਜ਼ਰ ਕਰ ਰਿਹਾ। ਇੱਕ ਵਾਰੀ ਫਿਰ ਮੈਂ ਬ੍ਰਿਟਿਸ਼ ਟੀਵੀ ਵਿਊਅਰਸ ਨੂੰ ਵਿਸ਼ ਦੇਮ ਆਲ ਦ ਬੈਸਟ, ਗੁਰੂ ਮਹਾਰਾਜ ਖੁਸ਼ੀਆਂ ਬਖਸ਼ੇ, ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਰਲ ਮਿਲ ਕੇ ਆਪਾਂ ਏਕਤਾ ਹੋਵੇ ਜੀ, ਗੁਰੂ ਮਹਾਰਾਜ ਬਖਸ਼ਿਸ਼ ਕਰੇ ਸਭ 'ਤੇ। ਕੁਛ ਪੰਜਾਬ ਦੇ ਵਿੱਚ ਹਾਲਾਤ ਕੁਛ ਐਸੇ ਮਤਲਬ ਤਰਸਯੋਗ ਹੈ, ਗੁਰੂ ਮਹਾਰਾਜ ਬਖਸ਼ਿਸ਼ ਕਰੇ ਸਭ 'ਤੇ, ਰਲ ਮਿਲ ਕੇ ਅਸੀਂ ਬਖਸ਼ਿਸ਼ ਕਰੇ ਗੁਰੂ ਮਹਾਰਾਜ ਵੇ ਖੁਸ਼ਹਾਲ ਹੋਣ। ਅਤੇ ਉਹ ਮੈਂ ਗੀਤ ਤੁਹਾਡੀ ਨਜ਼ਰ ਕਰ ਰਿਹਾ, ਚਿੱਠੀ ਲੈਣ ਨੂੰ ਲਿਖਦਾ ਤਾਰਾ। ਸਮੀਤ ਜੀ ਕੋਈ ਗੱਲ ਨਹੀਂ ਆ ਰਿਹਾ, ਮੈਂ ਉੱਥੇ ਸ਼ੂਟਿੰਗ ਵੀ ਕਰ ਰਹੀ ਸੀ, ਸਮੀਤ ਭਾਰਤ ਬਾਈ ਕਹਿੰਦੇ ਆ ਜਾ ਆ ਜਾ, ਲਾਈਟ ਜਲ ਜਲ ਬਸ। ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ, ਪਿੰਡ ਦਾ ਹਾਲ ਸੁਣਾ ਦੀ ਯਾਰਾ, ਕੌਣ ਕੌਣ ਹੁਣ ਖੇਡੇ ਪਿੰਡ ਵਿੱਚ ਖੇਡ ਕਬੱਡੀ ਦੀ, ਭੁੱਲਦੀ ਨਹੀਂ ਓ ਭੁੱਲਦੀ ਨਹੀਂ ਖੁਸ਼ਬੋ ਵੀਰਿਆ, ਕਰਦੀ ਕੱਢੀ ਦੀ ਭੁੱਲਦੀ ਨਹੀਂ ਓ। ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ। ਥੈਂਕ ਯੂ ਅਗੇਨ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ, ਸਰਜੀਤ ਜੀ ਅਤੇ ਸਮੀਤ ਭਾਜਾ, ਮਤਲਬ ਮਦੀ ਜੀ ਦਾ, ਜਸਲੀਨ ਜੀ ਦਾ ਸਾਰਿਆਂ ਦਾ ਧੰਨਵਾਦ ਹੈ। ਥੈਂਕ ਯੂ ਭਾਅ ਜੀ, ਤੁਸੀਂ ਵੀ ਸਾਨੂੰ ਇੰਨਾ ਸਾਰਾ ਟਾਈਮ ਦਿੱਤਾ ਉਹਦੇ ਲਈ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ, ਯਾਰਾ ਦਿਲਦਾਰਾ, ਅੱਖੀਆਂ ਦਾ ਤਾਰਾ, ਤੇਰੇ ਬਿਨਾ ਜੀਣਾ ਨਹੀਂ ਉਹ ਜੀਣਾ ਨਾ ਗਵਾਰਾ, ਯਾਰਾ ਦਿਲਦਾਰਾ, ਸਾਹਾਂ ਤੋਂ ਪਿਆਰਾ, ਤੂੰ ਹੀ ਮੇਰੀ ਜਾਨ, ਤੂੰ ਹੀ ਅੱਖੀਆਂ ਦਾ ਤਾਰਾ, ਯਾਰਾ।